ਨਿੰਬੂ ਦਾ ਉਪਯੋਗ ਸਾਰੀ ਦੁਨੀਆ ਵਿੱਚ ਵਜ਼ਨ ਘਟਾਉਣ ਲਈ ਸਭ ਤੋਂ ਵੱਧ ਹੁੰਦਾ ਹੈ। ਇਸ ਦੇ ਅੰਦਰ ਸਿਟ੍ਰਿਕ ਐਸਿਡ ਅਤੇ ਵਿਟਾਮਿਨ ਸੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜੋ ਸਾਡੀ ਚਮੜੀ ਨੂੰ ਅਤੇ ਕਿਡਨੀ ਰੋਗਾਂ ਤੋਂ ਸਾਨੂੰ ਬਚਾਉਂਦੀ ਹੈ ਅਤੇ ਪਾਚਨ ਲਈ ਨਿੰਬੂ ਬਹੁਤ ਲਾਭਕਾਰੀ ਮੰਨਿਆ ਜਾਂਦਾ ਹੈ। ਨਿੰਬੂ ਪਾਣੀ ਪੀਣ ਨਾਲ ਸਾਡੇ ਪੇਟ ਦੀ ਸੋਜ ਨੂੰ ਬਹੁਤ ਆਰਾਮ ਮਿਲਦਾ ਹੈ। ਜੋ ਲੋਕ ਬਾਹਰ ਦਾ ਮਸਾਲੇਦਾਰ ਤਲਿਆ ਹੋਇਆ ਜਾਂ ਜੰਕ ਫੂਡ ਖਾਂਦੇ ਹਨ, ਉਹਨਾਂ ਲਈ ਨਿੰਬੂ ਪਾਣੀ ਪੀਣਾ ਬਹੁਤ ਜ਼ਰੂਰੀ ਹੈ। ਨਿੰਬੂ ਪਾਚਨ ਤੰਤਰ ਨੂੰ ਮਜ਼ਬੂਤ ਕਰਦਾ ਹੈ ਅਤੇ ਸਿਟ੍ਰਿਕ ਐਸਿਡ ਸਾਡੇ ਸਰੀਰ ਦੀ ਚਰਬੀ ਨੂੰ ਬਾਹਰ ਕੱਢਦਾ ਹੈ। ਵਜ਼ਨ ਘਟਾਉਂਦੇ ਸਮੇਂ ਬਹੁਤੇ ਲੋਕਾਂ ਦੀ ਇਹ ਸ਼ਿਕਾਇਤ ਹੁੰਦੀ ਹੈ ਕਿ ਸਵੇਰੇ ਖਾਲੀ ਢਿੱਡ ਨਿੰਬੂ ਤੋਂ ਕਈ ਦਿਨਾਂ ਤੋਂ ਪੀ ਰਹੇ ਹਨ ਪਰ ਕੋਈ ਲਾਭ ਨਹੀਂ ਹੋਇਆ। ਇੱਥੇ ਗਲਤੀ ਨਿੰਬੂ ਦੀ ਨਹੀਂ, ਸਗੋਂ ਲੋਕਾਂ ਦੇ ਨਿੰਬੂ ਪਾਣੀ ਪੀਣ ਦੇ ਤਰੀਕੇ ਵਿੱਚ ਹੁੰਦੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਸਹੀ ਤਰੀਕਾ ਕੀ ਹੈ। ਇਸ ਤੋਂ ਪਹਿਲਾਂ ਇੱਕ ਗੱਲ ਕਰਦੇ ਹਾਂ ਕਿ ਲੋਕ ਗਲਤੀਆਂ ਕੀ ਕਰਦੇ ਹਨ। ਸਭ ਤੋਂ ਵੱਡੀ ਗਲਤੀ ਤਾਂ ਕਈ ਵਾਰ ਲੋਕ ਇਹ ਕਰਦੇ ਹਨ ਕਿ ਨਿੰਬੂ ਨੂੰ ਬਹੁਤ ਜ਼ਿਆਦਾ ਗਰਮ ਪਾਣੀ ਵਿੱਚ ਮਿਲਾ ਦਿੰਦੇ ਹਨ। ਗਰਮ ਪਾਣੀ ਵਿੱਚ ਮਿਲਾਉਣ ਕਰਕੇ ਨਿੰਬੂ ਦੇ ਅੰਦਰਲੇ ਜੋ ਤੱਤ ਹੁੰਦੇ ਹਨ ਉਹ ਨਸ਼ਟ ਹੋ ਜਾਂਦੇ ਹਨ ਅਤੇ ਇਸ ਦਾ ਕੋਈ ਲਾਭ ਨਹੀਂ ਹੁੰਦਾ। ਦੂਜੀ ਗਲਤੀ ਅਸੀਂ ਇਹ ਕਰਦੇ ਹਾਂ ਕਿ ਜੋ ਨਿੰਬੂ ਦੀ ਸਭ ਤੋਂ ਵੱਡੀ ਉਪਯੋਗੀ ਚੀਜ਼ ਹੁੰਦੀ ਹੈ ਉਸਨੂੰ ਤਾਂ ਅਸੀਂ ਕੂੜੇਦਾਨ ਵਿੱਚ ਹੀ ਸੁੱਟ ਦਿੰਦੇ ਹਾਂ। ਉਹ ਹਨ ਨਿੰਬੂ ਦੇ ਛਿਲਕੇ। ਇੱਕ ਨਿੰਬੂ ਦੇ ਛਿਲਕਿਆਂ ਵਿੱਚ 10 ਨਿੰਬੂਆਂ ਦੇ ਰਸ ਤੋਂ ਵਧੇਰੇ ਤੱਤ ਹੁੰਦੇ ਹਨ, ਜੋ ਵਜ਼ਨ ਘੱਟ ਕਰਨ ਦੇ ਨਾਲ ਨਾਲ ਸਾਡਾ ਕੋਲੈਸਟ੍ਰੋਲ ਅਤੇ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਤੋਂ ਵੀ ਸਾਨੂੰ ਬਚਾਉਂਦੇ ਹਨ। ਵਜ਼ਨ ਘੱਟ ਕਰਨ ਲਈ ਤੁਸੀਂ ਨਿੰਬੂ ਦਾ ਡਰਿੰਕ ਬਣਾਉਣਾ ਹੈ ਤਾਂ ਸਭ ਤੋਂ ਪਹਿਲਾਂ ਮੋਟੀ ਚਮੜੀ ਵਾਲੇ ਨਿੰਬੂਆਂ ਦਾ ਹੀ ਚੁਣਾਵ ਕਰੋ। ਉਹਨਾਂ ਦੀ ਉੱਪਰਲੀ ਪੀਲੀ ਪਰਤ ਨੂੰ ਕਿਸੇ ਤਿੱਖੀ ਚੀਜ਼ ਨਾਲ ਖੁਰਚੋ, ਕਿਉਂਕਿ ਉੱਪਰਲੀ ਪਰਤ ਵਿੱਚ ਪਾਇਆ ਜਾਣ ਵਾਲਾ ਤੇਲ ਹੀ ਸਭ ਤੋਂ ਵੱਧ ਗੁਣਕਾਰੀ ਚੀਜ਼ ਹੈ, ਜੋ ਵਜ਼ਨ ਘੱਟ ਕਰਨ ਦੇ ਲਈ ਸਾਨੂੰ ਚਮਤਕਾਰੀ ਤਰੀਕਿਆਂ ਨਾਲ ਆਪਣਾ ਅਸਰ ਪਾਉਂਦਾ ਹੈ। ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਪੀਲਾ ਛਿਲਕਾ ਹੀ ਛਿੱਲੋ, ਕਿਉਂਕਿ ਉਸ ਦੇ ਅੰਦਰਲਾ ਚਿੱਟਾ ਭਾਗ ਬਹੁਤ ਹੀ ਜ਼ਿਆਦਾ ਕੌੜਾ ਹੁੰਦਾ ਹੈ, ਜਿਸ ਦੀ ਵਜ੍ਹਾ ਕਰਕੇ ਤੁਸੀਂ ਨਿੰਬੂ ਪਾਣੀ ਪੀ ਨਹੀਂ ਪਾਓਗੇ। ਇੱਕ ਨਿੰਬੂ ਦੇ ਛਿਲਕਿਆਂ ਨੂੰ 250 ml ਪਾਣੀ ਵਿੱਚ ਪਾ ਕੇ ਗਰਮ ਕਰੋ। ਗਰਮ ਕਰਨ ਨਾਲ ਕੁਝ ਜ਼ਰੂਰੀ ਤੱਤ ਤਾਂ ਨਸ਼ਟ ਹੋ ਜਾਣਗੇ, ਪਰ ਇੱਥੇ ਗਰਮ ਕਰਨਾ ਇਸ ਲਈ ਜ਼ਰੂਰੀ ਹੈ ਕਿਉਂਕਿ ਨਿੰਬੂ ਦੇ ਉੱਤੇ ਛਿੜਕੇ ਗਏ ਕੀਟਨਾਸ਼ਕਾਂ ਦਾ ਅਸਰ ਘੱਟ ਹੋ ਸਕੇ। ਇਸ ਦੇ ਠੰਡਾ ਹੋ ਜਾਣ ਤੋਂ ਬਾਅਦ ਇਸ ਵਿੱਚ ਇੱਕ ਨਿੰਬੂ ਦਾ ਰਸ ਨਿਚੋੜੋ। ਹੁਣ ਤੁਹਾਡਾ ਨਿੰਬੂ ਪਾਣੀ ਪੀਣ ਦਾ ਡਰਿੰਕ ਜੋ ਹੈ ਉਹ ਤਿਆਰ ਹੈ। ਇਸ ਨੂੰ ਸਵੇਰੇ ਖਾਲੀ ਪੇਟ ਹੀ ਇਸ ਦਾ ਸੇਵਨ ਕਰੋ। ਇਹ ਸਿਰਫ ਵਜ਼ਨ ਹੀ ਨਹੀਂ ਘਟਾਏਗਾ, ਸਗੋਂ ਤੁਹਾਡਾ ਕੋਲੈਸਟ੍ਰੋਲ ਅਤੇ ਤੁਹਾਡੇ ਸਰੀਰ ਦੀ ਚਮੜੀ ਨੂੰ ਵੀ ਚਮਕਦਾਰ ਬਣਾਏਗਾ। ਲੀਵਰ ਦੇ ਅੰਦਰ ਜੰਮੀ ਹੋਈ ਗੰਦਗੀ ਨੂੰ ਵੀ ਇਹ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ। ਇੱਥੇ ਇੱਕ ਗੱਲ ਖਾਸ ਖਿਆਲ ਰੱਖਣ ਵਾਲੀ ਹੈ ਕਿ ਜਿਨ੍ਹਾਂ ਲੋਕਾਂ ਨੂੰ ਤੇਜ਼ਾਬ ਦੀ ਸਮੱਸਿਆ ਹੈ ਉਹਨਾਂ ਲੋਕਾਂ ਲਈ ਇਹ ਡਰਿੰਕ ਵਰਜਿਤ ਹੈ, ਕਿਉਂਕਿ ਨਿੰਬੂ ਦੇ ਅੰਦਰ ਮੌਜੂਦ ਤੇਜ਼ਾਬ ਪੇਟ ਦੇ ਅੰਦਰਲੇ ਤੇਜ਼ਾਬ ਵਿੱਚ ਵਾਧਾ ਕਰਦਾ ਹੈ ਅਤੇ ਤੇਜ਼ਾਬ ਦੀ ਸਮੱਸਿਆ ਨੂੰ ਹੋਰ ਵਧਾ ਦਿੰਦਾ ਹੈ। ਤੇਜ਼ਾਬ ਵਾਲੇ ਲੋਕ ਇਸ ਦਾ ਸੇਵਨ ਨਾ ਕਰਨ। ਇਸ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀ ਭਰਪੂਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਜ਼ਰੂਰ